ਇੱਕ ਦਿਨ ਮਨ ਰੁੱਤਾਂ ਦੇ ਅੰਦਰ ਇੱਕ ਸ਼ਿਕਾਇਤ ਆਈ, ਜਾ ਪਰਵਰਦਿਗਾਰ ਦੇ ਦਰ ਤੇ ਉਹਨਾਂ ਅਰਜ਼ੀ ਲਾਈ। ਕੀ ਕਹਿੰਦੀਆਂ ਨੇ, ਹੁਣ ਨਾ ਭੇਜੋ ਸਾਨੂੰ ਧਰਤ ਤੇ, ਨਾ ਮੁੜ ਕੇ ਅਸੀਂ ਜਾਣਾ, ਨਾ ਕੋਈ ਸਾਨੂੰ ਬੱਚਾ ਮਾਣੇ, ਨਾ ਕੋਈ ਮਾਣੇ ਸਿਆਣਾ। ਗੱਲ ਸੁਣ ਰੁੱਤਾਂ ਦੀ ਗੁਰਾਂ ਦੇ ਮਨ ਚਿੰਤਾ ਗਹਿਰਾਈ, ਉਹਨਾਂ ਸੋਚਿਆ ਜਾ ਕੇ ਦੇਖਾਂ ਅੱਖ ਕਿੰਨੀ ਕੁ ਸੱਚਿਆਈ। ਬਿਠਾਲ ਰੁੱਤਾਂ ਨੂੰ ਰੱਥ ਵਿੱਚ ਆਪਣੇ, ਬਿਠਾਲ ਰੁੱਤਾਂ ਨੂੰ ਰੱਥ ਵਿੱਚ ਆਪਣੇ, ਜਦ ਧਰਤ ਤੇ ਚਾਹਤੀ ਪਾਈ, ਬਲਦੀ ਫਿਰਦੀ ਸੜਦੀ ਫਿਰਦੀ ਕਿੰਜ ਪੈਸੇ ਪਿੱਛੇ ਲੁਕਾਈ। ਨਾ ਕੋਈ ਸੌਂਦਾ ਤਾਰਿਆਂ ਛਾਵੇਂ, ਨਾ ਕੋਈ ਬਾਤਾਂ ਪਾਵੇ, ਨਾ ਕੋਈ ਸੌਂਦਾ ਤਾਰਿਆਂ ਛਾਵੇਂ, ਨਾ ਕੋਈ ਬਾਤਾਂ ਪਾਵੇ, ਨਾ ਆਸ਼ਕ ਡੀਕਣ ਰਾਤ ਹਨੇਰੀ, ਨਾ ਕੋਈ ਪੀਂਘਾਂ ਪਾਵੇ। ਦੂਰ ਇੱਕ ਕੱਚੇ ਘਰ ਅੰਦਰ ਜਦ ਗੁਰਾਂ ਦੀ ਨਜ਼ਰ ਪਈ ਜਾਵੇ, ਨੰਗ ਤੜੰਗ ਛੋਟਾ ਜਿਹਾ ਬੱਚਾ ਮੀਂਹ ਵਿੱਚ ਪਿਆ ਸੀ ਨਾਵੇ, ਨੱਚਦਾ ਫਿਰਦਾ ਟੱਪਦਾ ਫਿਰਦਾ ਨਾਲੇ ਲੱਖ ਲੱਖ ਸ਼ੁਕਰ ਮਨਾਵੇ। ਪਰਵਰਦਿਗਾਰ ਨੇ ਖੁਸ਼ੀ 'ਚ ਭਰ ਕੇ ਰੁੱਤਾਂ ਨੂੰ ਫਰਮਾਇਆ, ਸੁਣ ਲਓ ਨੀ ਗੱਲ ਕੁੜੀਓ ਮੇਰੀ, ਮੇਰਾ ਜੋ ਫਰਮਾਣਾ, ਜਦ ਤੱਕ ਧਰਤ 'ਤੇ ਇਹ ਬਚਪਨ ਜਿਉਂਦਾ, ਤੁਹਾਨੂੰ ਪਊ ਧਰਤ 'ਤੇ ਜਾਣਾ, ਤੁਸਾਂ ਧਰਤ 'ਤੇ ਜਾਣਾ, ਤੁਸਾਂ ਧਰਤ 'ਤੇ।